ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ حاضرਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਆ ਦੁਕਾਨਾਂ ਰਾਤ 9 ਵਜੇ ਤੱਕ ਖੁੱਲਣਗੀਆਂ ਬਾਈਕ ਤੇ 2 ਅਤੇ ਕਾਰ ਦੇ ਵਿੱਚ ਹੁਣ 4 ਜਣੇ ਬੈਠ ਸਕਣਗੇ ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਦੇਸ਼ਪੁਰ ਦੇ ਵਿੱਚ ਅਨਲੌਕ 2 ਸ਼ੁਰੂ ਹੋ ਚੁੱਕਾ ਹੈ ਇਸ ਦੇ ਲਈ ਚੰਡੀਗੜ੍ਹ ਦੇ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ ਚੰਡੀਗੜ੍ਹ ਦੇ ਵਿੱਚ ਹੁਣ ਦੁਕਾਨਾਂ ਰਾਤ 8 ਵਜੇ ਦੀ ਬਜਾਏ 9 ਵਜੇ ਤੱਕ ਖੁੱਲ ਸਕਣਗੀਆਂ ਜਿਹੜੇ ਮਾਰਕੀਟ ਦੇ ਵਿੱਚ ਔਡ ਈਵਨ ਲਾਗੂ ਸੀ ਉਹ ਵੀ ਖਤਮ ਹੋ ਗਿਆ ਹੈ ਇਸ ਤੋਂ ਇਲਾਵਾ ਬਾਈਕ ਤੇ ਹੁਣ ਦੋ ਅਤੇ ਕਾਰ ਦੇ ਵਿੱਚ ਚਾਰ ਜਣੇ ਬੈਠ ਸਕਣਗੇ ਹੋਟਲ ਰੈਸਟੋਰੈਂਟ ਦੇ ਵਿੱਚ ਅਜੇ ਸ਼ਰਾਬ ਸਰਵ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸਿਰਫ ਕਿਸੇ ਸਮਾਰੋਹ ਤੇ ਇੱਕ ਦਿਨ ਦਾ ਹੀ ਲਾਇਸੈਂਸ ਦਿੱਤਾ ਜਾਵੇਗਾ ਇਹ ਫੈਸਲਾ ਬੁੱਧਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪ੍ਰਮੁਖਤਾ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਏ ਗਏ ਹਨ ਨਿਰਦੇਸ਼ਾਂ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਰਾਤ ਦਾ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 19148 ਨਵੇਂ ਮਾਮਲੇ 434 ਲੋਕਾਂ ਦੀ ਮੌਤ ਦੇਸ਼ ਦੇ ਵਿੱਚ ਕਰੋਨਾ ਦਾ ਕਹਿਰ ਦਿਨੋ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ 6 ਲੱਖ ਨੂੰ ਪਾਰ ਕਰ ਗਏ ਹਨ ਸਿਹਤ ਮੰਤਰਾਲੇ ਦੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅਪਡੇਟ ਦੇ ਅਨੁਸਾਰ ਦੇਸ਼ ਦੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 6 ਲੱਖ 4000 641 ਹੈ ਜਿਸ ਦੇ ਵਿੱਚੋਂ 17834 ਲੋਕਾਂ ਦੀ ਮੌਤ ਹੋ ਚੁੱਕੀ ਆ ਹੁਣ ਤੱਕ ਕਰੋਨਾ ਤੋਂ ਤਕਰੀਬਨ 360000 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਦੋਂ ਕਿ ਸਰ ਗਰਮ ਮਾਮਲਿਆਂ ਦੀ ਗਿਣਤੀ 227000 ਦੇ ਕਰੀਬ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਦੇ ਵਿੱਚ ਕਰੋਨਾ ਦਾ ਦੇਖਣ ਨੂੰ ਮਿਲ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ कोरोना ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਉਥੇ ਮਰੀਜ਼ਾਂ ਦੀ ਗਿਣਤੀ 1,80,300 ਹੈ ਜਥੇਦਾਰ ਦਾ ਖਾਲਿਸਤਾਨ ਤੇ ਇੱਕ ਹੋਰ ਵੱਡਾ ਬਿਆਨ ਐਸਜੀਪੀਸੀ ਨੇ ਭਰੀ ਹੰਗਾਮੀ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜ਼ਰੂਰ ਨੱਪੋ ਖਾਲਿਸਤਾਨ ਦੀ ਮੰਗ ਜਾਇਜ਼ ਹੈ ਤੇ ਖਾਲਿਸਤਾਨ ਦੇ ਨਾਂ ਤੇ ਸਿੱਖਾਂ ਨੂੰ ਪਰਭਾਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ ਖਾਲਿਸਤਾਨ ਪ੍ਰਤੀ ਅਜਿਹੇ ਬਿਆਨਾਂ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਪੁਲਿਸ ਦੇ ਵੱਲੋਂ ਖਾਲਿਸਤਾਨ ਦੇ ਨਾਂ ਤੇ ਫੜੇ ਵਿਅਕਤੀਆਂ ਦੀ ਕਾਨੂੰਨੀ ਪੈਰਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨ ਦੇ ਲਈ ਕਿਹਾ ਜਥੇਦਾਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ KLF ਦੇ ਨਾਲ ਸਬੰਧਾਂ ਦੇ ਇਲਜ਼ਾਮ 'ਚੂ ਅਤਵਾਦੀ ਦਸੇ ਫੜੇ ਨੌਜਵਾਨਾਂ ਬਾਰੇ SGPC ਆਪਣੇ ਪੱਧਰ ਤੇ ਜਾਂਚ ਕਰੇ ਮੀਰੀ ਪੀਰੀ ਦਿਵਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਜਥੇਦਾਰ ਨੇ ਕਿਹਾ ਕਿ ਬੇਗੁਨਾਹਾਂ ਨੌਜਵਾਨਾਂ ਤੇ ਪੁਲਿਸ ਦਾ ਅਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਫੜੇ ਗਏ ਨੌਜਵਾਨ ਸੱਚਮੁੱਚ ਕਿਸੇ ਖਾਲਿਸਤਾਨੀ ਗਤੀਵਿਧੀ 'ਚੂ ਸ਼ਾਮਲ ਹਨ ਜਾਂ ਉਨ੍ਹਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਸੰਗਤ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਝੂਠੇ ਮਾਮਲਿਆਂ 'ਚ ਫਸਾਇਆ ਜਾ ਰਿਹਾ ਹੈ ਸੋ ਦੋਸਤੋ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖੋ ਤੁਹਾਨੂੰ ਲੱਗਦਾ ਹੈ ਪੰਜਾਬ ਪੁਲਿਸ ਵੀ ਨੌਜਵਾਨਾਂ ਨੂੰ ਝੂਠੇ ਮਾਮਲਿਆਂ ਦੇ ਵਿੱਚ ਫਸਾ ਰਹੀ ਆ ਜਥੇਦਾਰ ਦੇ ਹੁਕਮਾਂ ਤੇ ਐਸਜੀਪੀਸੀ ਵੱਲੋਂ ਖਾਲਿਸਤਾਨ ਦੇ ਨਾਂ ਤੇ ਗ੍ਰਿਫਤਾਰ ਨੌਜਵਾਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਕੇਂਦਰ ਦੇ ਫੈਸਲੇ ਅਨੁਸਾਰ ਜਿੰਮ ਅਜੇ ਨਹੀਂ ਖੋਲੇ ਜਾ ਸਕਦੇ ਮੁੱਖ ਮੰਤਰੀ ਦੋਸਤੋ ਤੁਸੀਂ ਜਿੰਮ ਖੋਲਣ ਨੂੰ ਲੈ ਕੇ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਚ ਜਰੂਰ ਲਿਖੋ ਪਟਵਾਰੀਆਂ ਦੀ ਇੰਟਰਵਿਊ ਵੀ ਛੇਤੀ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਿਹਤ ਮਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਮਹਾਮਾਰੀ ਦੇ ਸਿਖਰ ਦਾ ਸਮਾਂ ਆਉਣਾ ਅਜੇ ਬਾਕੀ ਲਾਇਆ ਜਾਣਦੇ ਹਨ ਮਾਨ ਤੇ ਚਿੰਤਾ ਜ਼ਾਹਰ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਚ ਕਿਸੇ ਵੀ ਸੂਰਤ ਦੇ ਵਿੱਚ ਢਿੱਲ ਬਰਦਾਸ਼ਤ ਨਹੀਂ ਕਰ ਸਕਦਾ ਫੇਸਬੁੱਕ ਲਾਈਵ ਪ੍ਰੋਗਰਾਮ ਦੁਆਰ ਉਹਨਾਂ ਨੇ ਅਗਲੇ ਸਾਲ ਤੱਕ ਬੰਦ ਕਰਨ ਦੇ ਨਾਲ ਨਾਲ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਤੇ ਆਨਲਾਈਨ ਕਲਾਸਾਂ ਬੰਦ ਕਰਵਾਉਣ ਦੀ ਅਪੀਲ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਛੁੱਟੀਆਂ ਪਹਿਲਾਂ ਹੀ ਲੋਕਡਾਊਨ ਸਮੇਂ ਡਿਸਟ ਕਰ ਦਿੱਤੀਆਂ ਗਈਆਂ ਸਨ ਇਸ ਕਰਕੇ ਹੋਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ 4 ਸਾਲਾਂ ਤੋਂ ਐਮਰਜੈਂਸੀ ਫੰਡ ਲੈ ਰਹੇ ਨੇ ਸਕੂਲ ਪਰ ਫਿਰ ਵੀ ਨਹੀਂ ਕੀਤੇ ਇਸਤੇਮਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੰਗਲਵਾਰ ਨੂੰ ਨਿੱਜੀ ਸਕੂਲਾਂ ਨੂੰ ਪੂਰੀ ਫੀਸ ਤੇ ਫੰਡ ਵਸੂਲਣ ਦੇ ਨਿਰਦੇਸ਼ ਦੇ ਕੇ ਮਾਪਿਆਂ ਨੂੰ ਝਟਕਾ ਦਿੱਤਾ ਗਿਆ ਪਰ ਕਮਾਲ ਦੀ ਗੱਲ ਇਹ ਹੈ ਕਿ ਨਿੱਜੀ ਸਕੂਲਾਂ ਦੀ ਫੀਸ ਨਿਰਧਾਰਤ ਕਰਨ ਦੇ ਲਈ ਹਾਈ ਕੋਰਟ ਦੇ ਵੱਲੋਂ ਬਨਾਈ ਗਈ ਕਮੇਟੀ ਦੀ ਰਿਪੋਰਟ 3 ਸਾਲਾਂ ਤੋਂ ਅਦਾਲਤ ਚ ਧੂੜ ਫੱਕ ਰਹੀ ਹੈ ਇਨਾਂ ਹੀ ਨਹੀਂ ਸੰਕਟਕਾਲ ਲਈ ਬਣਾਏ ਗਏ ਐਮਰਜੈਂਸੀ ਫੰਡਾਂ ਦੀ ਵੀ ਸਕੂਲਾਂ ਦੇ ਨਾਂ ਤੋਂ 4 ਸਾਲਾਂ ਤੋਂ ਵਰਤੋਂ ਨਹੀਂ ਕੀਤੀ ਗਈ ਕਮੇਟੀ ਨੇ 12 ਵੋਲੀਅਮ ਚ 5500 ਪੰਨਿਆਂ ਦੀ ਰਿਪੋਰਟ ਦਾ ਸਾਰ ਸਿੱਖਿਆ ਵਿਭਾਗ ਨੂੰ ਸੌਂਪਿਆ ਸੀ ਸਿੱਖਿਆ ਵਿਭਾਗ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਕਮੇਟੀ ਨੇ ਜਿੰਨਾਂ ਸਕੂਲਾਂ ਤੇ ਜੁਰਮਾਨਾ ਤੇ ਫੀਸ రిఫండ్ ਦੇ ਆਰਡਰ ਦਿੱਤੇ ਸਨ ਉਹ ਫਿਰ ਤੋਂ ਇਨਸਫਾਰਸ਼ਾ ਅਦਾਲਤ ਦੇ ਵਿੱਚ ਪਹੁੰਚ ਗਏ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਜ਼ਿਲ੍ਹੇ ਦੇ ਵਿੱਚ ਨਿਧਾਰਤ ਥਾਵਾਂ 'ਤੇ ਹੋਵੇਗਾ ਧਰਨਾ ਰੋਸ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਕੋਵਿਡ 19 ਦੇ ਚਲਦੇ ਡਿਪਟੀ ਕਮਿਸ਼ਨਰ ਅਮਰਤਸਰ ਸ਼ਿਵਦੂਲਾਰ ਸਿੰਘ ਢਿੱਲੋਂ ਨੇ ਪੰਜਾਬ ਨੂੰ ਮਹਾਮਾਰੀ ਐਕਟ 220 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਧਰਨਾ ਰੋਸ ਪ੍ਰਦਰਸ਼ਨ ਦੀ ਪੂਰਨਮਾ ਨਹੀਂ ਹੋਵੇਗੀ ਜੇਕਰ ਸੰਸਥਾ ਜਥੇਬੰਦੀ ਅਤੇ ਰਾਜਸੀ ਪਾਰਟੀ ਦੇ ਵੱਲੋਂ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨਾ ਤਾਂ ਉਸ ਦੇ ਲਈ ਜ਼ਿਲ੍ਹਾ ਨਿਰਧਾਰਤ ਥਾਵਾਂ ਤੇ ਹੀ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਜੇਕਰ ਕਿਸੇ ਵਿਅਕਤੀ ਨੇ ਕੁਝ ਸ਼ਿਕਾਇਤਾਂ ਜਾਂ ਦਰਖਾਸਤਾਂ ਸੇਵਾ ਪ੍ਰਾਪਤ ਕਰਨੀਆਂ ਤਾਂ ਸਰਕਾਰੀ ਦਫ਼ਤਰ ਦੇ ਵਿੱਚ ਇੱਕ ਵਿਅਕਤੀ ਨੂੰ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਗੁਰੂ ਨਾਨਕ ਮੋਦੀ ਖਾਨੇ ਦੇ ਹੱਕ ਚ ਆਇਆ ਜਗਦੀਪ ਰੰਦਾਵਾ ਲਾਈਵ ਹੋ ਕੇ ਆਖੀਆਂ ਗੱਲਾਂ ਪੰਜਾਬੀ ਗਾਇਕ ਤੇ ਅਦਾਕਾਰ ਜਗਦੀਪ ਰੰਦਾਵਾ ਨੇ ਸੋਸ਼ਲ ਮੀਡੀਆ ਤੇ ਕਾਫੀ ਗਰਮ ਰਹਿੰਦੇ ਹਨ ਉਹ ਆਪਣੇ ਫੇਸਬੁਕ ਲਾਈਵਸ ਕਰਕੇ ਸੁਰਖੀਆਂ ਚ ਬਣੇ ਰਹਿੰਦੇ ਹਨ ਇੱਕ ਵਾਰ ਫਿਰ ਉਹਨਾਂ ਦਾ ਲਾਈਵ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਇਸ ਵਾਰ ਉਹ ਗੁਰੂ ਨਾਨਕ ਮੋਦੀ ਖਾਨਾ ਦੇ ਨਾਲ ਲਾਈਵ ਹੋਏ ਹਨ ਤੇ ਉਹਨਾਂ ਨੇ ਕੈਪਸ਼ਨ ਚ ਲਿਖਿਆ ਗੁਰੂ ਨਾਨਕ ਮੋਦੀ ਖਾਨੇ ਤੋਂ ਲਾਈਵ ਬਾਈ ਬਲਜਿੰਦਰ ਜਿੰਦੂ ਦੇ ਨਾਲ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਈਰਾਨ ਜੁਮੇਵਾਰ ਲੋਕਤੰਤਰ ਨਹੀਂ ਉਸਦੇ ਹਥਿਆਰਾਂ ਤੇ ਪਾਬੰਦੀ ਵਿਧਾਈ ਜਾਵੇ ਪੋਂਪੀਓ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦਾਂ ਨੂੰ ਕਿਹਾ ਕਿ ਈਰਾਨ ਆਸਟ੍ਰੇਲੀਆ ਜਾਂ ਭਾਰਤ ਵਰਗਾ ਇੱਕ ਜੁਮੇਵਾਰ ਲੋਕਤੰਤਰ ਨਹੀਂ ਇਸ ਦੇ ਲਈ ਤੇਹਰਾਨ ਤੇ ਹਥਿਆਰਬੰਦਾਂ ਦੀ ਹੱਦਾਂ ਵਿਧਾਈ ਜਾਣੀ ਚਾਹੀਦੀ ਆ ਪੋਂਪੀਓ ਨੇ ਕਿਹਾ ਕਿ ਜੇ ਇਹ ਨਾ ਕਰਨ ਤੇ ਈਰਾਨ ਰੂਸ ਦੇ ਵੱਲੋਂ ਬਨਾਏ ਗਏ ਲੜਾਕੂ ਜਹਾਜ਼ ਖਰੀਦਣ ਦੇ ਲਈ ਆਜ਼ਾਦ ਹੋ ਜਾਵੇਗਾ ਜੋ ਰਿਆਦ ਨਵੀਂ ਦਿੱਲੀ ਰੋਮ ਅਤੇ ਵਾਰਸਾਂ ਨੂੰ ਈਰਾਨ ਦੇ ਨਿਸ਼ਾਨੇ ਤੇ ਲੈ ਆਵੇਗਾ। ਉਹਨਾਂ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਡਿਜੀਟਲ ਬੈਟਕ ਦੇ ਵਿੱਚ ਇਹ ਗੱਲਾਂ ਕਹੀਆਂ। 2022 ਚੂਹ ਸਿੱਧੂ ਪੰਜਾਬ ਦੀ ਰਾਜਨੀਤੀ ਪਿੱਛ ਤੇ ਖੁੱਲ ਕੇ ਬੈਟਿੰਗ ਕਰਨ ਦੇ ਮੂਡ ਦੇ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਪਾਰਟੀ ਦੇ ਵੱਲੋਂ ਸਭ ਤੋਂ ਵੱਡੇ ਪ੍ਰਚਾਰਕ ਨਵਜੋਤ ਸਿੱਧੂ ਨੂੰ ਸ਼ਾਇਦ ਇਸ ਗੱਲ ਦਾ ਵਿਸ਼ਵਾਸ ਨਹੀਂ ਕਿ ਲੋਕ ਸਭਾ ਚੋਣਾਂ ਦੇ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਰਾਜਨੀਤਿਕ ਡੱਗਰ ਕਿੰਨੀ ਮੁਸ਼ਕਲ ਹੋਣ ਵਾਲੀ ਹੈ ਬਠਿੰਡਾ ਲੋਕ ਸਭਾ ਖੇਤਰ ਚ ਇੱਕ ਟਿੱਪਣੀ ਨੂੰ ਆਧਾਰ ਬਣਾ ਕੇ ਪੰਜਾਬ ਦੇ ਧਾਕੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪਸ਼ਟ ਸੰਦੇਸ਼ ਦਿੱਤੇ ਹਨ ਕਿ ਸਿੱਧੂ ਉਹਨਾਂ ਦਾ ਸਥਾਨ ਲੈਣਾ ਚਾਹੁੰਦਾ ਹੈ ਅੰਤ ਲੋਕ ਸਭਾ ਜੋ ਕਾਂਗਰਸ ਦੀ ਮੋਦੀ ਹੱਥੋਂ ਹੋਈ ਹਾਰ ਨਾਲ ਹਾਈ ਕਮਾਂਡ ਜਿੱਥੇ ਸਖਤੇ ਤੁਸੀਂ ਉੱਥੇ ਹੀ ਆਪਣੀ ਉੱਥੇ ਹੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਪਣੀਆਂ ਰਾਜਨੀਤਿਕ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਕੈਪਟਨ ਨੇ ਵਿਭਾਗ ਸਿੱਧੂ ਦਾ ਬਦਲ ਦਿੱਤਾ ਅਚਾਨਕ ਸਟਾਰ ਪ੍ਰਚਾਰਕ ਤੋਂ ਆਪਣੇ ਸੂਬੇ ਦੀ ਰਾਜਨੀਤੀ ਤੇ ਇੰਨੀ ਵੱਡੀ ਖਾ ਟਿਕਣੀ ਸਿੱਧੂ ਨੂੰ ਪਹਚਾਣ ਨਹੀਂ ਸਕੀ ਅਤੇ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ ਕਿਸਾਨਾਂ ਦੇ ਚੱਕਰ ਵਿੱਚੋਂ ਘਿਰ ਗਏ ਸੁਖਬੀਰ ਬਾਦਲ ਹੁਣ ਖੇੜਾ ਛੁੱਟਣਾ ਮੁਸ਼ਕਲ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਕਸੂਤਾ ਘਿਰ ਗਿਆ ਹੈ ਇਹ ਵੀ ਅਹਿਮ ਹੈ ਕਿ ਇਸ ਵਾਰ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਤੇ ਅਕਾਲੀ ਦਲ ਦੇ ਸਟੈਂਡ ਕਰਕੇ ਕਿਸਾਨ ਕਾਫੀ ਗੁੱਸੇ ਹਨ ਇਸ ਦੇ ਨਾਲ ਹੀ ਕਾਂਗਰਸ ਦੇ ਪੈਂਤੜੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੀ ਹੋਰ ਵਧਾ ਦਿੱਤੀਆਂ ਹਨ ਦਰਅਸਲ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੀ ਮੰਗ ਦੇ ਨਾਲ ਸਹਿਮਤ ਹੁੰਦਿਆਂ ਖੇਤੀ ਆਰਡੀਨੈਂਸਾਂ ਖਿਲਾਫ ਪੰਜਾਬ ਵਿਧਾਨ ਸਭਾ ਚੋਂ ਵਿਸ਼ੇਸ਼ اجلاس ਸੱਦਣ ਦਾ ਐਲਾਨ ਕੀਤਾ ਸੀ ਕੋਵਿਡ-19 ਦੇ ਮੱਦੇਨਜ਼ਰ اجلاس ਕਦੋਂ ਤੇ ਕਿਵੇਂ ਬੁਲਾਇਆ ਜਾਵੇਗਾ ਇਸ ਦੇ ਬਾਰੇ ਫੈਸਲਾ ਹੋਣਾ ਅਜੇ ਬਾਕੀ ਹੈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਸਾਨ ਧਿਰਾਂ ਦੇ ਵੱਲੋਂ ਉਠਾਈਆਂ ਮੰਗਾਂ ਬੋਧਵਾਰ ਨੂੰ ਵਿਧਾਨ ਸਭਾ ਦਾ ਵਿਜੇਸ਼ اجلاس ਸਦਨ ਦੇ ਬਾਰੇ ਸਿਧਾਂਤਿਕ ਸਹਿਮਤੀ ਦੇ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬੀ ਯੂਨੀਵਰਸਿਟੀ ਮੋੜ ਹਾਜ਼ਰ ਹੋਵੇਗਾ ਪੂਰਾ ਸਟਾਫ ਨਿਰਦੇਸ਼ ਜਾਰੀ ਕਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਲਾਗੂ ਕੀਤੇ ਗਏ ਬੰਦ ਵਿਦਿਅਕ ਅਧਾਰੇ ਹੌਲੀ-ਹੌਲੀ ਖੁੱਲਣੇ ਸ਼ੁਰੂ ਹੋ ਚੁੱਕੇ ਹਨ ਜਿਸ ਦੇ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿਾਂ ਤੇ ਨਿਯਾਮ ਮਹਿਕਮਿਆਂ ਦੇ ਮੁਤਾਬਕ ਯੂਨੀਵਰਸਿਟੀ ਕੈਂਪਸ ਪੂਰੇ ਸਟਾਫ ਦੇ ਨਾਲ ਖੋਲਣ ਦੇ ਲਈ ਹੁਕਮ ਦਿੱਤੇ ਗਏ ਹਨ ਇਹ ਹੁਕਮ ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰਟ ਅਮਲਾ ਦੇ ਵੱਲੋਂ ਜਾਰੀ ਕੀਤੇ ਗਏ ਹਨ ਅਧਿਆਪਕ ਸੰਘ ਵੀ ਡੀਸੀ ਦਫਤਰ ਮੂਹਰੇ ਧਰਨਾ ਜਾਰੀ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਵੱਲੋਂ ਲਗਾਤਾਰ ਧਰਨਾ ਚੱਲ ਰਿਹਾ ਤੇ ਵਾਂਸ ਚਾਂਸਲਰ ਅੱਗੇ ਇਹ 11 ਤੋਂ 1 ਵਜੇ ਤੱਕ ਜਾਰੀ ਰਿਹਾ ਤਲਵੰਡੀ ਪਾਈ ਦੇ ਇੱਕ ਹੋਰ ਵਿਅਕਤੀ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ ਤਲਵੰਡੀ ਪਾਈ ਦੇ ਇੱਕ ਹੋਰ ਵਿਅਕਤੀ ਦੀ ਕਰੋਨਾ ਵਾਇਰਸ ਪੀੜਤ ਪਾਇਆ ਗਿਆ ਹੈ ਇਥੋਂ ਦੇ ਅਸ਼ੋਕ ਨਾਮੀ ਵਿਅਕਤੀ ਦਾ ਪੰਚਕੁਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਸੈਂਪਲ ਲੈ ਕੇ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਸੀ ਪੰਜਾਬ ਕੈਬਨਿਟ ਦੀ ਮੀਟਿੰਗ 8 ਜੁਲਾਈ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ 8 ਜੁਲਾਈ ਨੂੰ ਸੱਦੀ ਗਈ ਹੈ ਮੁੱਖ ਸਕੱਤਰ ਵਿਨੀ ਮਹਾਜਨ ਦੇ ਵੱਲੋਂ ਜਾਰੀ ਪੱਤਰ ਦੇ ਮੁਤਾਬਕ ਇਹ ਮੀਟਿੰਗ 8 ਜੁਲਾਈ ਬਾਅਦ ਦੁਪਹਿਰ 3 ਵਜੇ ਪੰਜਾਬ ਸਿਵਲ ਸਕਤਰੇਤ ਦੀ ਦੂਜੀ ਮੰਜ਼ਲ ਤੇ ਕਮੇਟੀ ਕਮਰਾ ਦੇ ਵਿੱਚ ਹੋਵੇਗੀ ਤੇ ਮੀਟਿੰਗ ਦਾ ਅਜੰਡਾ ਬਾਅਦ ਦੇ ਵਿੱਚ ਜਾਰੀ ਕੀਤਾ ਜਾਵੇਗਾ ਹੁਣ ਵਿਆਹਾਂ ਚ ਉਪਰੋਸਨ ਦੀ ਮਿਲੀ ਮਨਜ਼ੂਰੀ ਪਰ ਰਬਾਰ ਰਹਿਣਗੇ ਬੰਦ ਤੋਂ ਅਨਲੌਕ 2 ਦੇ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਸ਼ਾਸਤ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਵਿਆਹ ਸਮਾਰੋਹ ਦੌਰਾਨ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ 바ਰ ਖੁੱਲਣ ਨਹੀਂ ਦਿੱਤੇ ਜਾਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਆਯੂਸ਼ ਮੰਤਰਾਲੇ ਦੇ ਨਾਲ ਸਾਰੇ ਵਿਵਾਦ ਖਤਮ ਸਾਡੀ ਕੋਰੋਨਾ ਦਵਾਈ ਪੂਰੇ ਦੇਸ਼ ਦੇ ਵਿੱਚ ਮਿਲੇਗੀ RAMDEV ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਯੋਗ ਗੁਰੂ ਤੇ ਉਦਯੋਗਪਤੀ RAMDEV ਨੇ ਕਿਹਾ ਕਿ ਪਤੰਜਲੀ ਆਯੁਰਵੇਦ ਕੋ ਕੋਰੋਨਿਲ ਬਣਾਉਣ ਦੇ ਲਈ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਸੰਨ ਅਤੇ ਦਵਾਈ ਬਾਰੇ आयुष ਮੰਤਰਾਲੇ ਦੇ ਨਾਲ ਹੁਣ ਵਿਵਾਦ ਖਤਮ ਹੋ ਗਿਆ ਹੈ ਪੱਤਰਕਾਰ ਸਮੇਲਨ ਦੇ ਵਿੱਚ RAMDEV ਨੇ ਕਿਹਾ ਦਾਵਾ ਕੀਤਾ ਕਿ आयुष ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਦਵਾਈ ਦੇ ਬਾਰੇ ਕੋਈ ਵਿਵਾਦ ਨਹੀਂ ਉਹਨਾਂ ਨੇ ਕਿਹਾ ਦਵਾਈ ਕੋਰੋਨਾ ਦੇ ਅਸਰ ਨੂੰ ਘਟ ਕਰਨ ਦੇ ਲਈ ਬਣਾਈ ਗਈ ਹੈ ਤੇ ਹੁਣ ਇਹ ਦਵਾਈ ਪੂਰੇ ਦੇਸ਼ ਦੇ ਵਿੱਚ ਮਿਲੇਗੀ RAMDEV ਨੇ ਕਿਹਾ ਕਿ आयुष ਮੰਤਰਾਲੇ ਨੇ ਕਿਹਾ ਕਿ ਪਤੰਜਲੀ ਨੇ ਕੋਵਿਡ-19 ਦੀ ਰੋਕਥਾਮ ਦੇ ਲਈ ਕੁਮਾ ਕੰਮ ਕੀਤਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ RAMDEV ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ RAMDEV ਨੇ ਕਿਹਾ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਜੋ ਵੀ ਇਹਨਾਂ ਦਵਾਈਆਂ ਨੂੰ ਲੈਣਾ ਚਾਹੁੰਦਾ ਉਹ ਉਹਨਾਂ ਦੀ ਵਿਕਰੀ ਤੇ ਕੋਈ ਰੋਕ ਨਹੀਂ ਹੈ ਤੇ ਅੱਜ ਤੋਂ ਦੇਸ਼ ਦੇ ਵਿੱਚ ਹਰ ਥਾਂ ਇਹ ਕਿੱਟਾਂ ਦੇ ਵਜੋਂ ਉਪਲਬਧ ਹੋਣਗੀਆਂ ਕੋਰੋਨਿਲ ਦੇ ਨਾਲ ਸੁਵਾਰਥੀ ਬੂਟੀ ਅਤੇ ਅਨੂ ਤੇਲ ਦਵਾਈਆਂ ਦੇ ਨਾਲ ਮਿਲਾ ਕੇ ਇੱਕ ਕਿੱਟ ਤਿਆਰ ਕੀਤੀ ਗਈ ਆ ਪਰ ਪੂਰੇ ਵਿਵਾਦ ਦੇ ਪਿੱਛੇ ਮਾਫੀਆ ਦਾ ਹੱਥ ਹੋਣ ਦਾ ਦੋਸ਼ ਲਾਉਂਦੇ ਉਹਨਾਂ ਨੇ ਕਿਹਾ ਇਹ ਲੋਕ ਕਰੋਨਾ ਦੀ ਦਵਾਈ ਤੋਂ ਘਬਰਾ ਗਏ ਸਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸਾਈਕਲ ਚਲਾਉਣਾ ਪਿਆ ਮਹਿੰਗਾ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਸਾਈਕਲ ਚਲਾਉਣਾ ਮਹਿੰਗਾ ਪਿਆ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਸੋ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰ ਨੂੰ ਸਾਈਕਲ ਚਲਾਉਣਾ ਮਹਿੰਗਾ ਪੈ ਗਿਆ ਅਸਲ ਦੇ ਵਿੱਚ ਕਰੋਨਾ ਲਾਕਡਾਊਨ ਦੇ ਕਾਰਨ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਤੇ ਘਰ ਦੇ ਵਿੱਚ ਹੀ ਕਸਰਤ ਕਰਨ ਦੀ ਹਦਾਇਤ ਕੀਤੀ ਜਦਕਿ ਸਿਹਤ ਮੰਤਰੀ ਇਸ ਤੋਂ ਐਨ ਉਲਟ ਅਪ੍ਰੈਲ ਦੇ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਇੱਕ 20 ਤੇ ਸਾਈਕਲ ਚਲਾ ਕੇ ਸਿਹਤਮੰਦ ਰਹਿਣ ਦਾ ਸੱਦਾ ਦਿੱਤਾ ਕਿਸੇ ਰਾਘੀਰ ਨੇ ਮੰਤਰੀ ਦੇ ਸਾਈਕਲ ਚਲਾਉਂਦੇ ਦੀ ਫੋਟੋ ਖਿਚਰ ਲਈ ਤੇ ਇਹ ਮੀਡੀਆ ਦੇ ਵਿੱਚ ਛਪ ਗਈ ਇਹ ਬਖੇੜਾ ਖੂਨ ਦੇ ਮਗਰੋਂ ਸਿਹਤ ਮંત્રી ਨੇ ਪ੍ਰਧਾਨ ਮੰਤਰੀ ਤੋਂ ਮਾਫੀ ਵੀ ਮੰਗ ਲਈ ਪਰ ਇੰਨੇ ਤਾਣੇ ਮੇਨੇ ਉਹਦਾ ਦਾ ਖੇੜਾ ਨਹੀਂ ਛੱਡਿਆ ਆਖਰ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਆ ਅਮਰੀਕਾ ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52000 ਮਾਮਲੇ ਆਏ ਅਮਰੀਕਾ ਚ ਕੋਰੋਨਾ ਦਾ ਵਾਇਰਸ ਲਗਾਤਾਰ ਕਹਿਰ ਵਧਾਰ ਰਿਹਾ ਜੀ ਅਮਰੀਕਾ ਚ ਪਿਛਲੇ 24 ਘੰਟਿਆਂ ਦੌਰਾਨ 52000 ਮਾਮਲੇ ਸਾਹਮਣੇ ਆਏ ਹਨ ਅਮਰੀਕਾ ਦੇ ਵਿੱਚ 26 ਲੱਖ ਪੀੜਤ ਲੋਕ ਹਨ ਭਾਰਤ ਚੀਨ ਦੀਆਂ ਫੌਜਾਂ ਦੇ ਵੱਲੋਂ ਸਰਹੱਦ ਦੇ ਉੱਤੇ ਤਣਾਅ ਘਟਾਉਣ ਤੇ ਜ਼ੋਰ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਮੰਗਲਵਾਰ ਨੂੰ ਲਗਭਗ 12 ਜਿਲਾ ਕੰਟਿਆਂ ਦੀ ਕਮਾਂਡਰ ਪਦਰੀ ਗੱਲਬਾਤ ਨੂੰ ਤਰਜੀਹ ਦੇ ਨਾਲ ਛੇਤੀ ਪੜਾਵਾ ਢੰਗ ਦੇ ਨਾਲ ਤਣਾਅ ਘਟਾਉਣ ਤੇ ਜ਼ੋਰ ਦਿੱਤਾ ਫੌਜੀ ਸੂਤਰਾਂ ਨੇ ਦੱਸਿਆ ਕਿ ਪੂਰਬੀ ਲਦਾਖ ਦੇ ਵਿੱਚ 7 ਹਫ਼ਤਿਆਂ ਤੋਂ ਦੋਹਾਂ ਫੌਜਾਂ ਦੇ ਵਿਚਾਲੇ ਵਧੇ ਤਣਾਅ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਸੂਤਰਾਂ ਨੇ ਦੱਸਿਆ ਕਿ ਬੈਠਕ ਦੇ ਵਿੱਚ ਉਹੀ ਚਰਚਾ ਤੋਂ ਪ੍ਰਤੀਤ ਹੁੰਦਾ ਕਿ ਅਸਲ ਕੰਟਰੋਲ ਰੇਖਾ ਤੇ ਤਣਾ ਘਟਾਉਣ ਦੇ ਲਈ ਦੋਵੇਂ ਧਿਰਾਂ ਪ੍ਰਤੀਬੱਧ ਹਨ UGC ਗਾਈਡਲਾਈਨਸ ਅਜੇ ਤੱਕ ਨਹੀਂ ਆਈਆਂ UGC ਦੀਆਂ ਗਾਈਡਲਾਈਨ ਪੰਜਾਬ ਸਰਕਾਰ ਨੇ ਪ੍ਰੀਖਿਆਵਾਂ ਬਾਰੇ ਲਿਆ ਫੈਸਲਾ UGC ਨੇ ਦਿਸ਼ਾ ਨਿਰਦੇਸ਼ 1 ਜੁਲਾਈ 2020 ਨੂੰ ਜਾਰੀ ਨਹੀਂ ਕੀਤੇ ਗਏ ਹੁਣ ਲੱਖਾਂ ਵਿਦਿਆਰਥੀ ਇਸ ਦੀ ਉਡੀਕ ਦੇ ਵਿੱਚ ਹਨ ਨਾਲ ਹੀ ਉਹਨਾਂ ਦੇ ਮਨ ਦੇ ਵਿੱਚ ਉਲਝਣ ਦੀ ਸਥਿਤੀ ਹੈ UGC ਦੇਸ਼ਾ ਨਿਰਦੇਸ਼ਾਂ ਤੋਂ ਬਗੈਰ ਉੱਤਰ ਪ੍ਰਦੇਸ਼ੀ ਯੂਨੀਵਰਸਿਟੀ ਦੀਆਂ ਯੂਨੀਵਰਸਿਟੀਆਂ ਦੀਆਂ ਅੰਤਮ ਸਾਲ ਦੀਆਂ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਅਤੇ ਰਾਜ ਸਰਕਾਰ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਹਨ ਕਿ ਇਸ ਮਾਮਲੇ ਦੇ ਬਾਰੇ ਅੰਤਮ ਫੈਸਲਾ UGC ਦੇ ਵੱਲੋਂ ਕੀਤਾ ਜਾਵੇਗਾ ਤੇ ਨਵੇਂ ਦਿਸ਼ਾ ਨਿਰਦੇਸ਼ਾਂ ਤੇ ਨਿਰਭਰ ਕਰੇਗਾ ਭਾਰਤ ਨੇ ਨਵੇਂ SIPS 2000 ਬੰਬ ਖਰੀਦਣ ਦੀ ਤਿਆਰੀ ਚ ਉਸੋਂ ਭਾਰਤ ਜ਼ਮੀਨੀ ਨਿਸ਼ਾਨਿਆਂ ਤੇ ਆਪਣੀ ਫਾਇਰ ਪਾਵਰ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਸਪਾਈਸ 2000 ਬੰਬ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ ਸਪਾਈਸ 2000 ਬੰਬ ਦੀ ਵਰਤੋਂ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਕੀਤੀ ਸੀ ਜਿੰਨਾ ਇਨ੍ਹਾਂ ਬੰਬਾਂ ਨੂੰ ਐਡਵਾਂਸ ਸਿਸਟਮ ਕਰਨ ਖਰੀਦਣ ਦੇ ਲਈ ਤਿਆਰ ਕੀਤਾ ਗਿਆ ਹੈ ਜੋ ਹਵਾ ਤੋਂ ਧਰਤੀ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਮਾਹਰ ਹਨ ਕਾਬੂ ਤੋਂ ਬਾਹਰ ਹੋਇਆ ਕਰੋਨਾ ਵਾਇਰਸ ਦੁਨੀਆ ਦੇ ਵਿੱਚ ਅੱਜ ਇੱਕ ਅੱਜ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਕੇਸਾਂ ਨੇ ਤੋੜਿਆ ਰਿਕਾਰਡ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਕੋਰੋਨਾ ਵਾਇਰਸ ਮਹਾਮਾਰੀ ਦੁਨੀਆ ਭਰ ਦੇ ਵਿੱਚ ਭਿਆਨਕ ਰੂਪ ਲੈ ਰਹੀ ਹੈ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵੱਧ ਰਹੀ ਹੈ ਦੁਨੀਆ ਦੇ ਵਿੱਚ ਰਿਕਾਰਡ ਤੋੜ ਦਿੱਤੇ ਹਨ ਪਹਿਲਾਂ ਦਿਨ ਭਰ ਦੇ ਸਭ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ ਵਾਇਲਡ ਮੀਟਰ ਮੁਤਾਬਕ 24 ਘੰਟਿਆਂ ਦੇ ਵਿੱਚ ਦੁਨੀਆ ਦੇ ਵਿੱਚ 13 ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿੱਲੀ, ਇਟਲੀ, ਰਾਂਮ ਮਸੀਕੋ, ਪਾਕਿਸਤਾਨ ਤੇ ਤੁਰਕੀ ਦੇਸ਼ਾਂ ਦੇ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਹੋਮ ਕੁਆਰੰਟਾਈਨ ਜ਼ਰੂਰੀ ਆਪਣੀ ਤਰਿਆਤ ਤਾਲਾਬੰਦੀ ਦੌਰਾਨ ਜਿੱਥੇ ਜ਼ਰੂਰਤਮੰਦਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਪ੍ਰਸ਼ਾਸਨ ਦੇ ਵੱਲੋਂ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ ਸਹਾਇਕ ਸਾਬਤ ਹੋਇਆ ਹੈ ਉੱਥੇ ਕੋਵਿਡ-19 ਦੇ ਫਲਾਣ ਰੋਕਣ ਦੇ ਲਈ ਕੰਟਰੋਲ ਰੂਮ ਅਹਿਮ ਭੂਮਿਕਾ ਨਿਭਾ ਰਿਹਾ ਹੈ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਦੂਜੇ ਸੂਬੇ ਤੱਕ ਆਇਆ ਤੇ ਉਸਦੇ ਲਈ ਖੁਦ ਨੂੰ ਹੋਮ ਕਵੈਂਟ੍ਰਾਈਨ ਕਰਨਾ ਬਹੁਤ ਜ਼ਰੂਰੀ ਹੈ 31 ਜੁਲਾਈ ਤੱਕ ਪੜਾਵਾਰ ਤਾਲਾਬੰਦੀ ਖੋਲਣ ਦੇ ਦਿਸ਼ਾ ਨਿਰਦੇਸ਼ ਜਾਰੀ ਪੰਜਾਬ ਸਰਕਾਰ ਦੇ ਵੱਲੋਂ 17220 ਤੋਂ 307220 ਤੱਕ ਅਨਲੌਕ 2 ਦੀ ਰੋਸ਼ਨੀ ਜਾਰੀ ਕੀਤੇ ਨਿਰਦੇਸ਼ਾਂ ਨਿਰਦੇਸ਼ਾਂ ਦੀ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਦੇ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਹਨਾਂ ਹਦਾਇਤਾਂ ਮੁਤਾਬਕ ਕੰਟੇਨਮੈਂਟ ਜ਼ੋਨ ਦੇ ਵਿੱਚ ਜੇਕਰ ਕੋਈ ਵੀ ਹੋਇਆ ਤਾਂ ਉਹ ਲਾਕਡਾਊਨ 31 ਜੁਲਾਈ ਤੱਕ ਜਾਰੀ ਰਹੇਗਾ ਦੂਜੇ ਇਲਾਕਿਆਂ ਦੇ ਵਿੱਚ ਕੋਵਿਡ-19 ਦੀਆਂ ਸਾਵਧਾਨੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਭਾਰਤ ਦਾ ਇਹ ਪਿੰਡ ਜਿੱਥੋਂ ਹਰ ਕੋਈ ਹਰ ਘਰ ਦੇ ਵਿੱਚ ਹਰ ਕੋਈ ਹੈ ਸੈਨਿਕ ਤੇ ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ ਪਰੰਪਰਾ ਭਾਰਤੀ ਸੈਨਾ ਦਾ ਇੱਕ ਪਿੰਡ ਹੈ ਜੀ ਜੇਕਰ ਤੁਸੀਂ ਲੱਭਣ ਨਿਕਲੋ ਤਾਂ ਹਰ ਘਰ ਦੇ ਵਿੱਚ ਘੱਟੋ-ਘੱਟ ਇੱਕ ਜਾਂ ਦੋ ਫੌਜੀ ਮਿਲਣਗੇ ਇਸ ਦੇ ਪਿੰਡ ਦੀ ਕੁਝ ਵਿਲੱਖਣ ਕਹਾਣੀ ਹੈ ਦਰਸਾਤੋਂ ਅਸੀਂ ਲਦਾਖ ਦੇ ਬਾਰੇ ਗੱਲ ਕਰ ਰਹੇ ਹਾਂ ਲਦਾਖ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਦੇ ਵਿੱਚ 63 ਘਰ ਹਨ ਜਿੱਥੇ ਜ਼ਿਆਦਾ ਲੋਕ ਫੌਜ ਦੇ ਵਿੱਚ ਭਰਤੀ ਹੋਏ ਹਨ ਤੇ ਇਸ ਪਿੰਡ ਦੇ ਹਰ ਘਰ ਦੇ ਲੋਕ ਜਿਨ੍ਹਾਂ ਦੀ ਉਮਰ ਕੱਟ ਹੈ ਫੌਜ ਦੇ ਵਿੱਚ ਭਰਤੀ ਹੋਣ ਦਾ ਹਿੱਸਾ ਹਨ ਨਾਲ ਹੀ ਉਹਨਾਂ ਨੂੰ ਅਸਲ ਕੰਟਰੋਲ ਰੇਖਾ ਦੇ ਲਗਦੇ ਇਲਾਕਿਆਂ ਦੇ ਵਿੱਚ ਤਨਾਇਤ ਕੀਤਾ ਗਿਆ ਹੈ ਵਿਰੋਧ ਵਿਚਾਲੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਰਹੀਆਂ ਸਥਿਰ ਜਾਣੋ ਅੱਜ ਦੇ ਤਾਜ਼ਾ ਭਾਅ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਰੋਧੀ ਤਿਰ ਪੈਟਰੋਲ ਅਤੇ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਦੇ ਨਾਲ ਹਮਲੇ ਕਰ ਰਹੀ ਸੀ ਜਿਸ ਕਾਰਨ ਤੇਲ ਕੰਪਨੀਆਂ ਤੇ ਵੀ ਦਬਾਅ ਦੇਖਿਆ ਜਾ ਰਿਹਾ ਸੀ ਇਸੇ ਕਾਰਨ ਤੇਲ ਦੀਆਂ ਕੀਮਤਾਂ ਦੇ ਵਿੱਚ ਤਿੰਨ ਦਿਨਾਂ ਤੋਂ ਸਥਿਰ ਹਨ ਬਲ ਬੁੱਧਵਾਰ ਨੂੰ ਕਮੌਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਰੇਲ ਗੱਡੀਆਂ ਨੂੰ ਗਤੀ ਦੇਣ ਚੁ ਰੇਲਵੇ ਇਨ੍ਹਾਂ ਦੋ ਲੰਬੇ ਮਾਰਗ ਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਗੱਡੀਆਂ ਭਾਰਤੀ ਰੇਲਵੇ ਨੇ ਦਿੱਲੀ ਤੋਂ ਮੁੰਬਈ ਅਤੇ ਦਿੱਲੀ ਹਾਵੜਾ ਦੇ ਤੱਕ ਦੋ ਮਾਰਗਾਂ ਤੇ ਚੱਲ ਰਹੀਆਂ ਰੇਲ ਗੱਡੀਆਂ ਦੀ ਗਤੀ ਵਧਾਉਣ ਦੀ ਤਿਆਰੀ ਚੁ ਹੈ ਤੇ ਇਨ੍ਹਾਂ ਮਾਰਗਾਂ ਤੇ ਚੱਲਣ ਵਾਲੀਆਂ ਰੇਲ ਗੱਡੀਆਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦੇ ਨਾਲ ਚੱਲ ਸਕਣਗੀਆਂ ਜ਼ਿਕਰਯੋਗ ਹੈ ਜਿਹੜਾ ਇਸ ਦੇ ਲਈ ਕੀਤਾ ਗਿਆ ਤਾਂ ਜੋ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੇਜ਼ ਯਾਤਰੀ ਆਵਾਜਾਈ ਹੋ ਸਕੇ ਭਾਰਤ ਦੇ ਵਿੱਚ ਟਿਕਟੌਕ ਤੇ ਬੈਨ ਲੱਗਣ ਦੇ ਨਾਲ ਹੋਇਆ ਭਾਰੀ ਨੁਕਸਾਨ ਚੀਨ ਸੋਮਵਾਰ ਨੂੰ ਭਾਰਤ ਦੇ ਵਿੱਚ 59 ਚੀਨੀ ਐਪਸ ਬੰਦ ਮੋਦੀ ਸਰਕਾਰ ਨੇ ਕਰ ਦਿੱਤੀਆਂ ਉਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਤਬਕੇ ਦੇ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਕਿ ਐਪਸ ਨੂੰ ਬੈਨ ਲੱਗਣ ਤੋਂ ਬਾਅਦ ਚੀਨ ਸਰਕਾਰ ਦਾ ਆਰਥਿਕ ਨੁਕਸਾਨ ਕਿੰਨਾ ਜਾਂ ਕਿਵੇਂ ਹੋਵੇਗਾ ਫਿਰ ਇਹ ਐਪਸ ਨੂੰ ਬੈਨ ਕਰਨ ਦੇ ਨਾਲ ਭਾਰਤ ਨੂੰ ਫਾਇਦਾ ਕਿਵੇਂ ਆਵੇਗਾ ਤਮਾਮ ਸਵਾਲਾਂ ਦੇ ਜਵਾਬ ਚੀਨੀ ਅਖਬਾਰ ਗਲੋਬਲ ਟਾਈਮ ਨੇ ਆਪਣੇ ਇੱਕ ਆਰਟੀਕਲ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰੀ ਅਖਬਾਰ ਦੇ ਵਿੱਚ ਆਈ ਇੱਕ ਆਰਟੀਕਲ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਟਿਕਟੋਕ ਬੈਨ ਹੋਣ ਤੋਂ ਬਾਅਦ ਕੰਪਨੀ ਇੱਕ ਵੱਡੇ ਝਟਕੇ ਦੇ ਵਿੱਚ ਲੱਖਾਂ ਕਰੋੜਾ ਗਵਾਉਣ ਦੀ ਕਗਾਰ ਤੇ ਆ ਗਈ ਹੈ। ਵਿਦੇਸ਼ ਨਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੇ ਚੁਣਿਆ ਨਵਾਂ ਰਾ ਕੋਰੋਨਾ ਸੰਕਟ ਦੇ ਵਿਚਾਲੇ ਇਸ ਵਾਰ ਪੰਜਾਬ ਦੀ ਸਿੱਖਿਆ ਸੰਸਥਾਵਾਂ ਦੇ ਵਿੱਚ ਵੋਕੇਸ਼ਨਲ ਕੋਰਸਾਂ ਦੀ 35% ਦੀ ਵਾਧੇ ਦੀ ਮੰਗ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਾਲਜਾਂ ਦੇ ਵਿੱਚ ਕਈ ਸੀਟਾਂ ਖਾਲੀ ਰਹਿ ਜਾਂਦੀਆਂ ਸਨ ਕਿਉਂਕਿ ਪੰਜਾਬ ਦੇ ਵਿੱਚੋਂ ਹਰ ਸਾਲ ਕਰੀਬ 1 ਲੱਖ ਬੱਚੇ ਪੜ੍ਹਾਈ ਦੇ ਲਈ ਵਦੇਸ਼ ਚਲੇ ਜਾਂਦੇ ਸਨ ਪਰ ਇਸ ਵਾਰ ਅਜੇਹਾ ਨਹੀਂ ਹੋਇਆ ਸੋ ਦੋਸਤੋ ਇਸਨ ਸੂਬੇ ਪੰਜਾਬ ਦੀ ਇਸ ਵੇਲੇ ਦੀ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ